ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਮੂਵਮੈਂਟ ਆ ਖੁਸ਼ੀ ਦੇ ਪਲ ਨੇ ਸਾਡੀ ਗੋਲਡਨ ਫਾਈਨਾਂਸ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੋ ਦੋਸਤੋ ਇਹ ਜਿਹੜੀ ਤੁਸੀਂ ਪਿੱਛੇ ਸਾਡੀ ਬ੍ਰਾਂਚ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਵਿੱਚ ਸਾਡੀ ਨਵੀਂ ਬ੍ਰਾਂਚ ਓਪਨ ਹੋਈ ਆ ਪਹਿਲਾਂ ਵੀ ਸਾਡੀ ਗੁਰਦਾਸਪੁਰ ਚ ਇੱਕ ਬ੍ਰਾਂਚ ਚੱਲ ਰਹੀ ਸੀ ਪਰ ਉਹ ਦਫ਼ਤਰ ਛੋਟਾ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਆਪਾਂ ਇਹ ਨਵਾਂ ਆਫਿਸ ਤਿਆਰ ਕੀਤਾ ਕੱਲਾ ਨਵਾਂ ਆਫਿਸ ਨਹੀਂ ਤਿਆਰ ਕੀਤਾ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕ ਨੇ ਉਹਨਾਂ ਵਾਸਤੇ ਨਵੀਆਂ ਫੈਸਿਲਿਟੀਆਂ ਵੀ ਆਪਾਂ ਲੈ ਕੇ ਆਏ ਆ ਫੈਸਿਲਿਟੀਆਂ ਦੇ ਵਿੱਚ ਬਹੁਤ ਕੁਝ ਸ਼ਾਮਲ ਆ ਜਿਹੜਾ ਗਰੀਬ ਤਬਕਾ ਹੁੰਦਾ ਜਿਹੜਾ ਸਬਜ਼ੀਆਂ ਦੀਆਂ ਰੇੜੀਆਂ ਲਾਉਂਦੇ ਨੇ ਤੇ ਜਾਂ ਜਿਹੜੇ ਰਿਕਸ਼ੇ ਵਾਲੇ ਨੇ ਈ ਰਿਕਸ਼ੇ ਵਾਲੇ ਛੋਟੇ ਕਾਰੋਬਾਰੀ ਆ ਉਹਨਾਂ ਨੂੰ ਬੈਂਕਾਂ ਜਾਂ ਹੋਰ ਜਿਹੜੀਆਂ ਫਾਈਨਾਂਸ ਕੰਪਨੀਆਂ ਹੁੰਦੀਆਂ ਲੋਨ ਬਹੁਤ ਘੱਟ ਦਿੰਦੀਆਂ ਕਿਉਂਕਿ ਉਹਨਾਂ ਦਾ ਜਿਹੜਾ ਪ੍ਰੋਫਾਈਲ ਹੁੰਦਾ ਐਡਾ ਵਧੀਆ ਹੁੰਦਾ ਨਹੀਂ ਜਿਹਦੇ ਕਰਕੇ ਉਹਨਾਂ ਨੂੰ ਲੋਨ ਨਹੀਂ ਮਿਲਦਾ ਤੇ ਆਪਾਂ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਸਾਰੇ ਗਰੀਬ ਤਬਕੇ ਨੂੰ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਲੋਨ ਦਿੰਦੇ ਆ ਰਹੇ ਆ ਇਸੇ ਤਹਿਤ ਆਪਾਂ ਜਿਹੜੀ ਸਾਡੀ ਨਵੀਂ ਬ੍ਰਾਂਚ ਆ ਇੱਥੇ ਆਪਾਂ ਉਹਨਾਂ ਦੇ ਲਈ ਹੋਰ ਨਵੀਆਂ ਫੈਸਿਲਟੀਆਂ ਲੈ ਕੇ ਆਏ ਆ ਹੋਰ بڑا ਕੁਝ ਨਵਾਂ ਕੁਝ ਖਾਸ ਤੇ ਜਿਹਦੇ 'ਚ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਘਟਨੇ ਤੇ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਜਿਹੜੇ ਚੇਅਰਮੈਨ ਸਾਹਿਬ ਸੋਨਾ ਬਾਜਵਾ ਜੀ ਉਹਦੇ ਨਾਲ ਵੀ ਆਪਾਂ 2 ਮਿੰਟ ਗੱਲਾਂ ਬਾਤਾਂ ਕਰਾਂਗੇ ਜਿਹੜੇ ਗੁਰਦਾਸਪੁਰ ਸ਼ਹਿਰ ਨਾਲ ਸੰਬੰਧਿਤ ਨੇ ਉਹੀ ਸਾਡੇ ਨਾਲ ਸੰਪਰਕ ਕਰਨ ਆਪਾਂ ਜ਼ਿਲ੍ਹੇ ਤੋਂ ਬਾਹਰ ਕੋਈ ਕੇਸ ਨਹੀਂ ਕਰਦੇ ਲੋਨ ਆਪਾਂ ਸਿਰਫ ਗੁਰਦਾਸਪੁਰ ਸ਼ਹਿਰ ਦੇ ਵਿੱਚ ਦਿੰਨੇ ਆ ਜਿੱਥੇ ਸਾਡਾ ਬ੍ਰਾਂਚ ਹੋਏ ਸਿਰਫ ਆਪਾਂ ਉੱਥੇ ਹੀ ਲੋਨ ਦਿੰਨੇ ਆ ਪਹਿਲਾਂ ਇੱਕ ਵਾਰੀ ਤੁਹਾਨੂੰ ਮੈਂ ਸਾਰਾ ਆਪਣਾ ਸ਼ੋਰੂਮ ਦਿਖਾ ਦਾਂ ਫਿਰ ਗੱਲ ਕਰਦੇ ਆ ਕਿ ਸੋ ਦੋਸਤੋ ਇੱਥੋਂ ਆਪਣਾ ਦਫ਼ਤਰ ਸ਼ੁਰੂ ਹੋਏਗਾ ਇੱਥੇ ਰਿਸੈਪਸ਼ਨ ਤੇ ਇੱਕ ਕੋਈ ਪਰਸਨ ਬੈਠੂਗਾ ਤੇ ਇੱਥੇ ਸਾਡੇ ਮੁੰਡੇ ਜਿਹੜੇ ਮੈਨੇਜ ਕਰਦੇ ਨੇ ਉਹ ਦੇਖਣਗੇ ਸਾਰਾ ਸਿਸਟਮ ਫਾਈਲਿੰਗ ਵਗੈਰਾ ਇੱਥੇ ਹੁੰਦੀ ਆ ਤੇ ਉਸ ਤੋਂ ਬਾਅਦ ਸਾਡਾ ਸਿਕਿਉਰਿਟੀ ਸਿਸਟਮ ਤੇ ਆਪਾਂ ਜਿਹੜੇ ਆ ਖਾਸ ਚਾਰ ਬੰਦੇ ਬਿਠਾਏ ਆ ਜਿਹੜੇ ਤੁਹਾਨੂੰ ਨਾ ਬੁਰਾ ਦੇਖਣ ਦੇਣਗੇ ਨਾ ਸੁਣਨ ਦੇਣਗੇ ਨਾ ਬੋਲਣ ਦੇਣਗੇ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਹੁਣ ਇਹ ਨਵੀਆਂ ਲੇਟੈਸਟ ਤਿਆਰ ਕੀਤੀਆਂ ਸੋ ਦੋਸਤੋ ਇਹਦੀ ਓਪਨਿੰਗ ਜਿਹੜੀ ਆ ਉਹ ਕੱਲ ਨੂੰ ਹੋਣ ਜਾ ਰਹੀ ਹੈ ਯਾਨੀ ਕਿ 19 ਤਰੀਕ ਨੂੰ ਹੋਣ ਜਾ ਰਹੀ ਹੈ ਸੋ ਬਾਜਵਾ ਸਾਹਿਬ ਨੂੰ ਆਪਾਂ ਗੱਲਬਾਤ ਕਰਦੇ ਆ ਉਹ ਇਹਨੇ ਸਾਡੇ ਬਹੁਤ ਹੀ ਪਿਆਰੇ ਮਿੱਤਰ ਔਰ ਸਾਰੇ ਫਾਈਨਾਂਸਾਂ ਦੇ ਕਰਤਾ ਦਰਤਾ ਉਹਨਾਂ ਬਾਜਵਾ ਜੀ ਸਰਦਾਰ ਬਲਵਿੰਦਰ ਸਿੰਘ ਬਾਜਵਾ ਜੀ ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸਾਡੇ ਗੁਰਦਾਸਪੁਰ ਵਾਲਿਆਂ ਵਾਸਤੇ ਤੁਸੀਂ ਕਿਹੜੀਆਂ-ਕਿਹੜੀਆਂ ਫੈਸਿਲਟੀਆਂ ਤੁਸੀਂ ਲੈ ਕੇ ਆ ਰਹੇ ਹੋ ਲੋਕਾਂ ਨਾਲੋਂ ਸਾਡਾ ਵੱਖਰਾ ਕੀ ਹੋਊਗਾ ਹਾਂ ਪਹਿਲਾਂ ਤੇ ਸਾਰੇ ਅਪ ਤਾਂ ਦੇ ਲੋਟਿਆਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਡੇ ਕੋਲ ਅਸੀਂ ਜੀ ਇੱਥੇ ਨੰਬਰ 1 ਡੇਲੀ ਬੇਸ ਤੇ ਨੰਬਰ 2 ਆਟੋ ਲੋਨ ਤੇ 골ਡ ਲੋਨ ਕਰਾਂਗੇ ਆਟੋ ਲੋਨ ਚ ਤਕਰੀਬਨ ਲੋਕ ਸਾਰੇ ਕੰਮ ਕਰਦੇ ਨੇ ਲੇਕਿਨ ਸਾਡੇ ਚ ਇਹ ਹੈ ਕਿ ਅਸੀਂ ਸੈਕੰਡ ਹੈਂਡ ਜਿੰਨੀਆਂ ਵੀ ਬਾਈਕਾਂ ਤਾਰਾਂ ਨੇ ਇਹਨਾਂ ਤੇ ਲੋਨ ਕਰਾਂਗੇ ਮਹਿੰਗੇ ਮੋਬਾਈਲ ਨੇ ਉਹਨਾਂ ਤੇ ਕਰਾਂਗੇ ਤੇ ਉਹਦੇ ਨਾਲ ਕੀ ਹੈ ਕਿ ਅਸੀਂ ਇੰਟਰਸਟ ਇੱਕ ਤਾਂ ਬਹੁਤ ਘੱਟ ਕੀ ਹੋਏਗਾ ਦੂਸਰੀ ਗੱਲ ਕਿ ਲੋਕ ਸੈਕੰਡ ਹੈਂਡ ਨੂੰ ਬਹੁਤ ਘੱਟ ਬਹੁਤ ਹੀ ਘੱਟ ਲੋਨ ਕਰਦੇ ਨੇ ਜਿਹਦੇ ਕਰਕੇ ਕਿਸੇ ਨੂੰ ਕੋਈ ਅਮਰਜੈਂਸੀ ਹੋ ਗਈ ਉਹਨੂੰ ਵਿਚਾਰੇ ਨੂੰ ਕੋਈ ਪੈਸਾ ਨਹੀਂ ਦਿੰਦਾ ਅਸੀਂ ਤਕਰੀਬਨ 10 ਤੋਂ 15 ਮਿੰਟ ਦੇ ਵਿੱਚ ਵਿੱਚ ਅਗਲੇ ਦੇ ਅਕਾਊਂਟ 'ਚ ਪੈਸੇ ਪਾ ਦੇਵਾਂਗੇ ਕਿ ਉਹਨੂੰ ਜਿਹੜੀ ਉਹਦੀ ਜ਼ਰੂਰਤ ਆ ਉਹ ਪੂਰੀ ਹੋ ਸਕੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਸੇਵਾ ਵੀ ਆ ਕੰਮ ਵੀ ਆ ਸਾਰੇ ਕੰਮ ਇਹਦੇ ਨਾਲ ਹੀ ਚੱਲਦੇ ਨੇ ਕਿਉਂਕਿ ਪੈਸੇ ਤੋਂ ਬਿਨਾ ਕੁਝ ਨਹੀਂ ਆਉਂਦਾ ਲੇਕਿਨ ਜਿਹਦੇ ਡਾਕੂਮੈਂਟ ਪੂਰੇ ਹੋਣਗੇ ਅਸੀਂ ਤਕਰੀਬਨ ਤਿਕਨ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਹਦੇ ਅਕਾਊਂਟ 'ਚ ਪੈਸੇ ਪਾ ਦਿਆਂਗੇ ਇੱਕ ਵਾਰੀ ਹਰ ਬੰਦੇ ਨੂੰ ਜਿਹੜਾ ਬੰਦਾ ਇਹ ਲੋਨ ਲੈਣਾ ਚਾਹੁੰਦਾ ਹੈ ਵਿਜ਼ਿਟ ਕਰੇ ਉਹ ਸਾਡੇ ਪ੍ਰੋਗਰਾਮ ਨੂੰ ਪੂਰੇ ਨੂੰ ਦੇਖੇ ਕੀ ਕੀ ਅਸੀਂ ਦਿੰਨੇ ਆ ਉਸ ਤੋਂ ਬਾਅਦ ਕੋਈ ਵੀ ਕਿਸੇ ਵੀ ਕਿਸਮ ਦੀ ਜ਼ਰੂਰਤ ਹੋਵੇ ਤੇ 골ਡਨ ਫਾਈਨਾਂਸ ਤੁਹਾਡੇ ਲਈ ਖੜੀ ਆ ਸਾਡੇ ਬਾਈਆ ਸਾਹਿਬ ਦੀ ਤੁਸੀਂ ਗੱਲਬਾਤ ਸੁਣ ਲਈ ਆ ਸੋ ਦੋਸਤੋ ਜ਼ਰੂਰੀ ਜਾਣਕਾਰੀ ਹੈ ਵਾ ਕਿ ਆਪਣੇ ਪ੍ਰੋਪਰ ਡਾਕੂਮੈਂਟ ਲੈ ਕੇ ਹੀ ਆਇਓ ਜਦੋਂ ਤੁਸੀਂ ਆਓਗੇ ਕੋਈ ਵੀ ਫੇਕ ਡਾਕੂਮੈਂਟ ਜਿਦਾ ਪਹਿਲਾਂ ਬਾਈਆ ਸਾਹਿਬ ਨੇ ਦੱਸਿਆ ਕਿ ਉਹ ਬਿਲਕੁਲ ਨਾ ਲੈ ਕੇ ਆਇਓ ਜੇ ਤੁਸੀਂ ਆਈਟੀਆਰਾਂ ਭਰਦੇ ਹੋ ਤਾਂ ਬਹੁਤ ਵਧੀਆ ਆਪਾਂ ਤੁਹਾਡਾ ਬਿਨਾ ਆਈਟੀਆਰਾਂ ਦੇ ਵੀ ਲੋਨ ਕਰਦਾਂਗੇ ਇਹ ਵੀ ਖਾਸ ਪੁਆਇੰਟ ਆ ਕਿਉਂਕਿ ਤੁਹਾਨੂੰ ਕਿਸੇ ਦੇ ਵੀ ਬਿਨਾ ਆਈਟੀਆਰਾਂ ਤੋਂ ਲੋਨ ਨਹੀਂ ਮਿਲਦਾ ਅੱਜਕੱਲ ਮਸ਼ਕਲਾਂ ਬੜੀਆਂ ਜ਼ਿਆਦਾ ਆਉਂਦੀਆਂ ਨੇ ਆਪਾਂ ਤੁਹਾਨੂੰ ਬਿਨਾ ਆਈਟੀਆਰਾਂ ਦੇ ਤੁਹਾਡੇ ਟੂ-ਵੀਲਰ, ਫੋਰ-ਵੀਲਰ, ਪਰਸਨਲ ਲੋਨ, 골ਡਨ ਲੋਨ ਸਾਰਾ ਕੁਝ ਤੁਹਾਨੂੰ ਇੱਕੋ ਜਗ੍ਹਾ ਤੇ ਇੱਕੋ ਥਾਂ ਤੇ ਪ੍ਰੋਵਾਈਡ ਕਰਾਵਾਂਗੇ ਉਹ ਵੀ ਸਿਰਫ ਗੁਰਦਾਸਪੁਰ ਵਾਲਿਆਂ ਵਾਸਤੇ ਆ ਸਾਡੀਆਂ ਸਾਰੀਆਂ ਬ੍ਰਾਂਚਾਂ ਜਿਹੜੀਆਂ ਉਹ ਗੁਰਦਾਸਪੁਰ ਸ਼ਹਿਰ ਦੇ ਵਿੱਚ ਆ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੁਰਦਾਸਪੁਰ ਜ਼ਿਲ੍ਹੇ ਵਾਲੇ 골ਡਨ ਫਰਾਂਸ ਦੇ ਨਾਲ ਜੁੜੇ ਹੋਏ ਆ ਬਹੁਤ ਤੁਹਾਡਾ ਸ਼ੁਕਰੀਆ ਇੱਥੋਂ ਤੱਕ ਤੁਸੀਂ ਸਾਨੂੰ ਪਹੁੰਚਾਇਆ ਤੇ ਅੱਗੇ ਵੀ ਸਾਨੂੰ ਜਿਹੜਾ ਸੇਵਾ ਦਾ ਮੌਕਾ ਉਹ ਜਰੂਰ ਦਿੰਦੇ ਰਹੋ ਐਨੀਆਂ ਕ ਬੇਨਤੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ